ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਦੋ ਚਾਰ ਗੱਲਾਂ ਕਰਨੀਆਂ ਸੁਪਰ ਸੀਡਰ ਬਾਰੇ, ਕਿਉਂਕਿ ਹੁਣ ਸਬਸਿਡੀ ਆਈਆਂ ਕਰਕੇ ਸਾਰੇ ਵੀਰਾਂ ਦੇ ਫੋਨ ਆਉਂਦੇ ਆ। ਜ਼ਿਆਦਾਤਰ ਦੋ ਤਿੰਨ ਕੁਐਸਚਨ ਆ ਜਿਹੜੇ ਜ਼ਿਆਦਾ ਪੁੱਛਦੇ ਆ। ਸਭ ਤੋਂ ਪਹਿਲਾਂ ਤਾਂ ਇਹ ਆ ਵੀ ਵੀਰੇ ਸਬਸਿਡੀ ਕੱਟ ਕੇ ਮਿਲ ਜੂਗਾ? ਅਤੇ ਮੈਂ ਇਹ ਕਹਿੰਦਾ ਵੀ ਸਬਸਿਡੀ ਕੱਟ ਕੇ ਕੋਈ ਵੀ ਨਹੀਂ ਦੇ ਸਕਦਾ, ਚਾਹੇ ਕੋਈ ਡੀਲਰ ਆ ਚਾਹੇ ਕੋਈ ਕੰਪਨੀ ਆ, ਉਹ ਵੀ ਨਹੀਂ ਸਬਸਿਡੀ ਕੱਟ ਕੇ ਦੇ ਸਕਦੇ, ਕਿਉਂਕਿ ਜਿਹੜੀ ਸਬਸਿਡੀ ਆ ਉਹ ਤੁਹਾਡੇ ਅਕਾਊਂਟ ਵਿੱਚ ਹੀ ਆਉਣੀ ਆ। ਮਤਲਬ ਜਿਹਨੇ ਸਬਸਿਡੀ ਭਰੀ ਹੋ ਆ, ਜਿਹਦਾ ਅਕਾਊਂਟ ਲੱਗਾ ਉਹਦੇ ਵਿੱਚ ਆਉਣੀ ਆ, ਸਰਕਾਰ ਨੇ ਪਾਉਣੀ ਆ। ਇਹਦੇ ਵਿੱਚ ਨਾ ਕੰਪਨੀ ਨੇ ਦੇ ਸਕਦੀ ਕੋਲੋਂ, ਨਾ ਡੀਲਰ ਦੇ ਸਕਦਾ। ਕੁਛ ਡੀਲਰ ਵੀਰਾਂ ਨੂੰ ਫੋਨ ਕਰਦੇ ਆ ਜੀ ਸਾਡੇ ਕੋਲ ਆਓ ਅਸੀਂ ਸਬਸਿਡੀ ਕੱਟ ਕੇ ਦੇਵਾਂਗੇ। ਕਈ ਵੀਰ ਚਲੋ ਹੁੰਦੇ ਆ, ਮਤਲਬ ਹੈ ਨਾ ਵੀ ਸਾਰਿਆਂ ਨੂੰ ਹੁੰਦਾ ਵੀ ਚਲੋ ਇਹਨਾਂ ਦਿਨਾਂ 'ਚ ਗਿਆ, ਸਾਰਿਆਂ ਦੇ ਹੱਥ ਤੰਗ ਹੁੰਦੇ ਆ, ਸਾਡੇ ਵਰਗੇ ਹੀ ਆ ਸਾਰੇ, ਵੀ ਚਲੋ ਸਬਸਿਡੀ ਕੱਟ ਕੇ ਮਿਲਦਾ ਹੈ ਨਾ। ਉੱਥੇ ਉਹ ਬੰਦੇ 100 100 150 ਕਿਲੋਮੀਟਰ ਅਗਲੇ ਦੇ ਫੋਨ 'ਤੇ ਚਲ ਜਾਂਦੇ ਆ। ਜਦੋਂ ਉੱਥੇ ਜਾਂਦੇ ਆ ਉਹ ਮੂਹਰੇ ਕਹਿ ਦਿੰਦੇ ਆ ਜੀ ਦੋ ਚੈੱਕ ਰੱਖ ਦਿਓ ਅਤੇ ਨਾਲ ਇੱਕ ਐਫੀਡੈਵਿਟ ਉੱਤੇ ਸਾਈਨ ਕਰ ਦਿਓ। ਉਹਦਾ ਮਤਲਬ ਇਹ ਹੁੰਦਾ ਵੀ ਜੇ ਸਬਸਿਡੀ ਤੁਹਾਡੀ ਆ ਗਈ ਜਦੋਂ, ਫਿਰ ਅਸੀਂ ਚੈੱਕ ਲਾ ਲਵਾਂਗੇ, ਅਤੇ ਤੁਹਾਡੀ ਜਦੋਂ ਸਬਸਿਡੀ ਆ ਗਈ ਤਾਂ ਅਸੀਂ ਚੈੱਕ ਲਾ ਲਵਾਂਗੇ ਅਤੇ ਪੈਸੇ ਕਢਾ ਲਵਾਂਗੇ। ਠੀਕ ਹੈ ਜੀ। ਦੂਜੇ ਨੰਬਰ 'ਤੇ ਐਫੀਡੈਵਿਟ ਤਾਂ ਲੈਂਦੇ ਆ ਵੀ ਮੰਨ ਲਓ ਕਿਸੇ ਕਾਰਨ ਬਸ ਨਾ ਆਈ ਸਬਸਿਡੀ, ਫਿਰ ਉਹ ਕੀ ਕਰਦੇ ਆ ਵੀ ਉਹ ਐਫੀਡੈਵਿਟ ਤਾਂ ਲੈਂਦੇ ਵੀ ਬੰਦਾ ਮੁੱਕਰੇ ਨਾ, ਵੀ ਅਸੀਂ ਆਪਣੇ ਪੈਸੇ ਲੈ ਲਵਾਂਗੇ। ਉਹਨਾਂ ਦੀ ਇਹ ਹੁੰਦੀ ਆ। ਠੀਕ ਹੈ ਜੀ। ਕਿਉਂਕਿ ਸਬਸਿਡੀ ਕੱਟ ਕੇ ਤਾਂ ਉਹ ਦੇ ਹੀ ਨਹੀਂ ਸਕਦੇ ਇੰਨਾ, ਤਾਂ ਅੱਜ ਕੱਲ੍ਹ ਭਲਾ ਮਾਨਸਾ ਨਹੀਂ ਕੋਈ ਬੇੜਾ ਤੋਂ 1 ਲੱਖ ਰੁਪਇਆ ਕੱਟ ਕੇ ਦੇਈ ਜਾਵੇ। ਉਹਦੇ ਵਿੱਚ ਕੀ ਕਰਦੇ ਉਹ ਜ਼ਿਮੀਦਾਰ ਨੂੰ ਬਿਠਾ ਲੈਂਦੇ ਆ, ਫਿਰ ਉਹ ਲਾਉਂਦੇ ਰੇਟ ਵੱਧ ਆ, ਪੂਰਾ ਠੋਕ ਕੇ ਰੇਟ ਲਾਉਂਦੇ ਆ ਬਈ, ਕਿਉਂਕਿ ਹੁਣ ਪਤਾ ਆ ਵੀ ਹੁਣ ਸਬਸਿਡੀਆਂ ਆਈਆਂ, ਮਹੀਨੇ ਡੇਢ ਮਹੀਨੇ 'ਚ ਸਬਸਿਡੀਆਂ ਪੈ ਜਾਣੀਆਂ, ਜਿਹਦੀਆਂ ਆਈਆਂ ਤਾਂ ਨਿਕਲੀਆਂ ਹੀ ਆ, ਵੱਧ ਤੋਂ ਵੱਧ 15 ਦਿਨ ਜਾਂ ਮਹੀਨੇ 'ਚ ਸਭ ਪੈਸੇ ਪੈ ਜਾਂਦੇ ਹੁੰਦੇ ਅਕਾਊਂਟ 'ਚ। ਉਹ ਜਿਹੜਾ ਮਹੀਨੇ ਦੀ ਖਾਤਰ ਆਪਾਂ ਉਹਨਾਂ ਨੂੰ 10 20 ਹਜ਼ਾਰ ਵੱਧ ਦੇਣਾ ਸਬਸਿਡੀ, ਫਿਰ ਵੀ ਉਹ ਨਹੀਂ ਲੈਣੀ ਆ ਸਾਡੀ, ਅਤੇ ਉਹਦੇ ਨਾਲ ਮਹੀਨੇ ਵਿੱਚ ਸਾਨੂੰ ਵਿਆਜ ਤਾਂ ਨਹੀਂ ਇੰਨਾ ਪੈ ਚੱਲਾ। ਇਸ ਕਰਕੇ ਇੱਦਾਂ ਦੇ ਝਾਂਸੇ ਵਿੱਚ ਨਾ ਫਸਿਆ ਕਰੋ। ਇਹਦੇ ਨਾਲ ਤੁਸੀਂ ਆਪਣੇ ਆੜ੍ਹਤੀਏ ਕੋਲੋਂ ਫੜ ਲਓ 1 ਲੱਖ ਰੁਪਇਆ ਮਹੀਨੇ ਦਾ, ਕਿਤੇ ਵਿਆਜ ਨਹੀਂ ਉਹ ਇੰਨਾ ਪਾਉਣ ਲੱਗਾ ਵੀ 20 ਹਜ਼ਾਰ ਰੁਪਇਆ ਤੁਹਾਨੂੰ ਵਿਆਜ ਪਾ ਦਿਉ, ਜਿੰਨਾ ਉਹ ਮਹਿੰਗਾ ਲਾ ਲੈਂਦੇ ਆ, ਕਿਉਂਕਿ ਉਹ ਇਸ ਗੱਲ ਦਾ ਫਾਇਦਾ ਚੱਕ ਲੈਂਦੇ ਆ ਜੀ ਅਸੀਂ ਤੁਹਾਨੂੰ ਕੱਟ ਕੇ ਦੇ ਰਹੇ ਹਾਂ। ਠੀਕ ਹੈ ਜੀ। ਦੂਜੇ ਨੰਬਰ 'ਤੇ ਕਿਉਂਕਿ ਇੱਦਾਂ ਆ ਵੀ ਜਿਹੜੀ ਸਬਸਿਡੀ ਆ, ਸਬਸਿਡੀ ਤਾਂ ਸਿੱਧੀ ਅਕਾਊਂਟ ਵਿੱਚ, ਮੰਨ ਲਓ ਕੈਪਟਨ ਵੀ ਕਹਿ ਦੇਵੇ ਉਹ ਵੀ ਨਹੀਂ ਪਵਾ ਸਕਦਾ। ਹੁਣ ਤਾਂ ਚਲੋ ਉਹ ਵੀ ਨਹੀਂ, ਅਗਲਿਆਂ ਨੇ ਦਿਹਾੜੀ ਨਹੀਂ ਲਾਈ ਕੱਢ ਕੇ ਉਹ ਮਾਰਿਆ, ਇੱਥੇ ਤਾਂ ਯਾਨੀ ਕਿ ਸਮਝ ਲਓ ਬੜੇ ਬੜਿਆਂ ਦੀ ਨਹੀਂ ਬਾਤ ਚੱਲਦੀ, ਤਾਂ ਸਾਡੇ ਵਰਗਿਆਂ ਦੀ ਕਿਹਨੇ ਸੁਣਨੀ ਹੈ ਕੌਣ ਸਾਡੀ ਸਬਸਿਡੀ ਵੀ ਸਿੱਧੀ ਅਕਾਊਂਟ 'ਚ ਪਾਊਗਾ। ਦੂਜੇ ਨੰਬਰ 'ਤੇ ਆਉਂਦੀ ਆ ਬਲੇਡਾਂ ਦੀ, ਵੀ ਬਲੇਡ ਕਿਹੜੇ ਵਧੀਆ, ਐਲ ਟੈਪ ਵਧੀਆ ਆ ਜਾਂ ਐਲ ਜੇ ਐਫ ਟੈਪ ਵਧੀਆ ਆ? ਅਤੇ ਉਹਦੇ ਲਈ ਵੀਰ ਬਲੇਡ ਦੋਨੇ ਵਧੀਆ ਆ, ਬਲੇਡ ਦੋਵੇਂ ਨਹੀਂ ਮਾੜੇ ਹੈਗੇ, ਪਰ ਸਿਰ ਫਰਕ ਇਹ ਆ ਵੀ ਜਿਹੜੇ ਐਲ ਜੇ ਐਫ ਆ ਉਹਦੇ ਵਿੱਚ ਉਹਨਾਂ ਦੀ ਘਸਾਈ ਵੱਧ ਆ, ਉਹ 60 ਤੋਂ 70 ਕਿੱਲੇ ਚੱਲਦੇ ਆ, ਇੰਨੀ ਕੁ ਉਹਨਾਂ ਦੀ ਲਾਈਫ ਆ। ਅਤੇ ਮੰਨ ਲਓ ਜਿਹਨੇ 100 150 ਕਿੱਲਾ ਬੀਜਣਾ ਆ ਉਹਨੂੰ ਸਮਝ ਲਓ 2 3 ਵਾਰੀ ਸੀਜ਼ਨ 'ਚ ਬਲੇਡ ਪਾਉਣੇ ਪੈ ਜਾਊਗੇ 30 40 ਹਜ਼ਾਰ ਦੇ। ਜਿਹੜੇ ਐਲ ਟੈਪ ਆ ਰੋਟਾਵੇਟਰ ਆ ਕੇ ਜਿਹੜੇ ਆ ਉਹਨਾਂ ਦੀ ਲਾਈਫ ਜਿੱਦਾਂ ਵੱਧ ਆ, ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਜਿੱਦਾਂ ਰੋਟਾਵੇਟਰ ਵਾਂਗੂ ਚੱਲਦੇ ਹੀ ਆ, ਅਤੇ ਇੱਕ ਉਹ ਲੋਡ ਬਹੁਤ ਘੱਟ ਲੈਂਦੇ ਆ। ਤੀਜੇ ਨੰਬਰ 'ਤੇ ਆਉਂਦੀ ਹੈ ਗੱਲ ਜਿਹੜੀ ਵੇਟ ਦੀ, ਵੀ ਸੁਪਰ ਸੀਡਰ ਦਾ ਕੀ ਕਹਿੰਦਾ ਵੀ ਸਾਡਾ 11.5 ਕੁਇੰਟਲ ਦਾ, ਕੋਈ ਕਹਿੰਦਾ 12 ਦਾ, ਕੋਈ ਕਹਿੰਦਾ 9 ਦਾ। ਬਈ ਕਈ ਵੀਰ ਕਹਿੰਦੇ ਯਾਰ ਉਹਦਾ ਵੇਟ ਵੱਧ ਆ ਉਹ ਵਧੀਆ ਹੋਣਾ, ਜਦੋਂ ਵੇਟ ਵੱਧ ਹੋਣ ਨਾਲ ਕੋਈ ਵੀ ਚੀਜ਼ ਵਧੀਆ ਨਹੀਂ ਹੁੰਦੀ। ਮੰਨ ਲਓ ਹੁਣ ਦਸ਼ਮੇਸ਼ ਦਾ ਹੀ ਮੈਂ ਲਾਉਣਾ ਆਪਣੇ, ਵੀ ਉਹ 10.5 ਕੁਇੰਟਲ ਦਾ ਆ, ਮੈਂ ਇਹ ਕਹਿੰਦਾ ਵੀ ਇਹ ਵੀ ਵੇਟ ਜ਼ਿਆਦਾ ਆ। ਮੰਨ ਲਓ ਹੁਣ 20 ਕਿਲੋ ਬੰਦਾ ਵਜਨ ਚੱਕਦਾ, ਉਹਦੇ ਸਿਰ 'ਤੇ 25 ਕਿਲੋ ਰੱਖਦਾ ਤਾਂ ਉਹਦੀਆਂ ਲੱਤਾਂ ਕੰਬਣ ਲੱਗ ਪੈਣੀਆਂ। ਉਹੀ ਹਾਲ ਆਪਣੇ ਟਰੈਕਟਰ ਦਾ, ਵੀ ਜੇ ਤੁਸੀਂ ਵੇਟ ਵੱਧ ਪਾਓਗੇ ਪਿੱਛੇ ਤਾਂ ਟਰੈਕਟਰ ਸਹੀ ਢੰਗ ਨਾਲ ਕੰਮ ਨਹੀਂ ਕਰੂਗਾ, ਐਵਰੇਜ ਵੀ ਘੱਟ ਦਊਗਾ, ਤੇਲ ਵੀ ਵੱਧ ਖਾਊਗਾ ਅਤੇ ਲੋਡ ਵੀ ਵੱਧ ਲਊਗਾ। ਜੇ ਉਹਦੇ 'ਤੇ ਐਨ ਪੂਰਾ ਬੈਲੈਂਸ ਹੋਵੇ, ਪੂਰਾ ਸਹੀ ਚੱਲੇ, ਤਾਂ ਟਰੈਕਟਰ ਨੇ ਸਾਰਾ ਕੁਝ, ਤੇਲ ਵੀ ਘੱਟ ਖਾਣਾ, ਚੱਲਣਾ ਵੀ ਵਧਾ, ਬਿਜਾਈ ਵੀ ਵਧੀਆ ਕਰਨੀ ਆ। ਇਸ ਕਰਕੇ ਜਿਹੜਾ ਵੇਟ ਆ ਸਗੋਂ ਘਟਣਾ ਚਾਹੀਦਾ, ਵਧਣਾ ਨਹੀਂ ਚਾਹੀਦਾ। ਜੇ ਘੱਟ ਹੋਊਗਾ, ਮੰਨ ਲਓ ਕਈ ਕਹਿੰਦੇ ਸਾਡੇ ਟਰੈਕਟਰ ਦੀ 20 ਕੁਇੰਟਲ ਦੀ ਕਪੈਸਿਟੀ ਆ, 20 ਕੁਇੰਟਲ ਦੀ ਪਿੱਛਿਓਂ ਤਾਂ ਹੈਗੀ ਆ, ਪਰ ਮੂਹਰਿਓਂ ਮੂਹਰਿਓਂ ਟਰੈਕਟਰ ਚੱਕ ਹੋਣ ਲੱਗ ਪਾਉਂਦੇ, ਟਾਇਰ ਨਹੀਂ ਲੱਗਦੇ, ਜਦੋਂ ਆਪਾਂ ਬੱਟ ਬੰਨਾ ਟਪਾਉਂਦੇ ਹਾਂ ਤਾਂ ਟਰੈਕਟਰ ਦਾ ਸਮਝ ਲਓ ਕੋਈ ਨਾ ਕੋਈ ਟੁੱਟਣ ਵਾਲਾ ਹਾਲ ਹੋ ਜਾਂਦਾ, ਇਹ ਟੁੱਟ ਵੀ ਸਕਦਾ, ਕਈਆਂ ਵੀਰਾਂ ਦੇ ਟੁੱਟੇ ਵੀ ਆ। ਇਸ ਕਰਕੇ ਜਿੱਦਾਂ ਹੁਣ ਪਹਿਲਾਂ ਰੋਟਾਵੇਟਰਾਂ ਦੇ ਜਿਹੜੇ ਪਹਿਲਾਂ ਪਹਿਲਾਂ ਆਏ ਆ ਉਹਨਾਂ ਦੇ ਵੇਟ ਬਹੁਤ ਜ਼ਿਆਦਾ ਹੁੰਦੇ ਸੀਗੇ, ਬਾਅਦ ਵਿੱਚ ਕੰਪਨੀਆਂ ਨੇ ਘਟਾਏ ਆ, ਕਿਉਂਕਿ ਲਿਫਟ 'ਤੇ ਬੋਝ ਬਹੁਤ ਪੈਂਦਾ ਸੀਗਾ। ਪਹਿਲਾਂ ਟਰੈਕਟਰਾਂ ਦੀ ਲਿਫਟ ਕਪੈਸਿਟੀ ਵੀ ਥੋੜ੍ਹੀ ਘੱਟ ਹੁੰਦੀ ਸੀ। ਮੰਨ ਲਓ ਜੇ ਹੁਣ 20 ਕੁਇੰਟਲ ਲਿਫਟ ਕਪੈਸਿਟੀ ਕਰ ਦਿੱਤੀ ਆ, ਪਰ ਫਿਰ ਦੂਏ ਪਾਸੇ ਇਹਦਾ ਵੇਟ ਵੱਧ ਗਿਆ। ਇਸ ਕਰਕੇ ਬਸ ਇਹੀ ਗੱਲਾਂ ਸੀਗੀਆਂ 2 3, ਵੀ ਇੱਕ ਤਾਂ ਜਿਹੜਾ ਸਬਸਿਡੀ ਕੱਟ ਕੇ ਵਾਲੀ, ਦੂਈ 'ਚ ਨਾ ਆ ਕੇ ਵੀਰੋ ਆਪਣਾ
सौ सौ किलोमीटर कई बार भी ना जाना पै जाता, मुड़ के हाँ गल निकलती है। पूरा कन्फर्म करके फिर किसी ना भी कोई गल करो, कोई भी सही पत्ता देना तो कन्फर्म करके।